वा भी जिहड़े लोगों ने गलत परसैप्शन बनाई ही भी जिहड़ा सरदार बंदा वा कोरिया दे विच जी वाल कटाउणे पैंदे आ, कोई इहो जिहा काम नहीं हैगा, बड़े बड़े वधिया वैल सैटल बंदे आ ते इहो जिहे बंदे आ जिहड़े कहिंदे वी असीं कदी अमरीका दे विच सैट हुंदे सी जां कैनेडा दी PR ही साडे कोल ते उह वी इत्थे आ के काम करदे आ, इस तों वधिया कंट्री कोई नहीं हैगा। सतनाम वाहेगुरु, हे गुरु सतनाम वाहेगुरु, 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 देखो जी संगत जिन्ने सेवा करनी आ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦੇ ਸੰਬੰਧ ਦੇ ਵਿੱਚ ਕੋਰੀਆ ਦੇ ਵਿੱਚ ਸਾਊਥ ਕੋਰੀਆ ਦੇ ਵਿੱਚ 3 ਦਿਨ ਦੀ ਛੁੱਟੀ ਆ ਜੀ ਅਤੇ ਉਸ ਸੰਬੰਧ ਦੇ ਵਿੱਚ ਨਗਰ ਕੀਰਤਨ ਸਿਓਲ ਦੇ ਵਿੱਚ ਕੱਢਿਆ ਜਾ ਰਿਹਾ ਅਤੇ ਮੈਂ ਬੜਾ ਭਾਗਾਣਾ ਸਮਝਦਾ ਆਪਣੇ ਆਪ ਨੂੰ ਕਿ ਮੈਨੂੰ ਕੱਲ੍ਹ ਇੱਥੇ ਆਉਣਾ ਹੋਇਆ ਅਤੇ ਮੈਨੂੰ ਇਹਨਾਂ ਨੇ ਇਨਵਾਈਟ ਕੀਤਾ ਫਿਰ ਅੱਜ ਸਾਰੀ ਸੰਗਤ ਨੇ ਵੀ ਤੁਸੀਂ ਜ਼ਰੂਰ ਜਾਇਓ ਕਿਉਂਕਿ ਮੇਰੀ ਅੱਜ ਬੁਸਾਨ ਇੱਥੋਂ ਕੋਈ ਹੈਗਾ 250-300 ਕਿਲੋਮੀਟਰ ਅਤੇ ਮੈਂ ਉੱਥੇ ਜਾਣਾ ਸੀ ਅਤੇ ਮੇਰੀ ਟ੍ਰੇਨ ਸੀ ਅਤੇ ਮੈਨੂੰ ਇਹਨਾਂ ਨੇ ਕਿਹਾ ਵੀ ਤੁਸੀਂ ਅੱਜ ਦਾ ਦਿਨ ਰੁਕੋ ਅਤੇ ਮੇਰੇ ਕੋਲ ਦਿਨ ਚਲੋ ਕਾਫੀ ਹੈਗੇ ਆ ਇੱਥੇ ਅਤੇ ਮੈਂ ਆਪਣਾ ਬੜਾ ਆਪਣੇ ਆਪ ਨੂੰ ਭਾਗਾਂ ਨਾਲ ਸਮਝਦਾ ਵੀ ਮਹਾਰਾਜ ਨੇ ਸੇਵਾ ਬਖਸ਼ੀ ਆ ਅਤੇ ਇੱਥੇ ਲਾਈਵ ਟੈਲੀਕਾਸਟ ਵੀ ਹੋ ਰਿਹਾ ਵਾ ਵੀ ਜਿਹਨੇ ਪੰਜਾਬੀ ਵੀਰ ਆ ਆਪਣੇ ਉਹਨਾਂ ਨੂੰ ਮਿਲਣ ਦੀ ਅਤੇ ਸਾਰੇ ਅੱਜ ਇੱਕੋ ਸਟੇਜ ਦੇ ਉੱਤੇ ਮੈਨੂੰ ਮਿਲ ਪਿਆ, ਘੱਟੋ ਘੱਟ 1,000-1,500 ਪੰਜਾਬੀ ਆਪਣਾ ਜਿਹੜਾ ਇੱਥੇ ਵੀਰ ਇਕੱਠਾ ਹੋਇਆ ਵਾ ਅਤੇ ਜਿਹੜੇ
ਬੜੀਆਂ ਮੱਲਾਂ ਮਾਰੀਆਂ ਇੱਥੇ ਆ ਗਏ ਇਹਨਾਂ ਨੇ। ਬਹੁਤ ਕਿਰਪਾ ਵਾਲੇ ਆ ਬੰਦੇ ਇੱਥੇ, ਅਤੇ ਗੁਰਸਿੱਖੀ ਵੀ ਸਾਂਭ ਕੇ ਰੱਖੀ ਆ। ਐਵੇਂ ਗੱਲਾਂ ਬਣੀਆਂ ਵੀ ਕੋਰੀਆ ਜਪਾਨ ਦੇ ਵਿੱਚ ਸਰਦਾਰ ਬੰਦਾ ਜਿਹੜਾ ਵਾ ਉਹ ਜੋਬ ਨਹੀਂ ਕਰ ਸਕਦਾ ਜਾਂ ਪੱਗਾਂ ਨਹੀਂ ਬੰਨ ਸਕਦੇ। ਆਹ ਵੇਖੋ ਪੱਗਾਂ ਬੰਨ ਕੇ ਤੁਰੰਦੇ ਆ। ਅਤੇ ਜਿਹੜੀ ਪੁਲਿਸ ਆ ਉਹ ਵੀ ਬਹੁਤ ਜ਼ਿਆਦਾ ਕੋਪਰੇਟ ਕਰਦੀ ਪਈ ਆ ਇਸ ਕੰਮ ਦੇ ਵਿੱਚ। ਮੈਂ ਤੁਹਾਨੂੰ ਦੱਸ ਨਹੀਂ ਸਕਦਾ ਇੰਨਾ ਕੁ ਜ਼ਿਆਦਾ ਕੋਪਰੇਟ ਕਰਦੀ ਪਈ ਆ ਵੀ ਉਹ ਵੇਖੋ ਅਗਲੇ ਪਾਸੇ ਪਾਣੀ ਦੀ ਗੱਡੀ ਵੀ ਲੱਗੀ ਹੋਈ ਆ ਅਗਲੇ ਪਾਸੇ ਇੱਕ, ਅਤੇ ਉਸ ਤੋਂ ਅੱਗੇ ਪੁਲਿਸ ਆ ਅਤੇ ਆਹ ਪੁਲਿਸ ਨਾਲ ਖਲੋਤੀ ਆ। ਅਤੇ ਬੜੇ ਅੱਛੇ ਲੋਕ ਆ ਇੱਥੇ ਦੇ, ਕੋਈ ਮਾੜੇ ਲੋਕ ਨਹੀਂ ਆ, ਬੜੇ ਚੰਗੇ ਚੜ੍ਹਦੀ ਕਲਾ ਵਾਲੇ ਆ। ਮਹਾਰਾਜ ਦੀ ਮਹਾਰਾਜ ਸਾਹਿਬ ਦੀ ਹਰ ਪ੍ਰਭ ਮੇਰਾ ਜੋ ਜੀ ਜੀਓ, ਹਰ ਪ੍ਰਭ ਮੇਰਾ ਜੋ ਜੀ ਜੀਓ, ਜੀ ਮੇਰੇ ਗੋਵਿੰਦਾ ਜੋ ਜੀ ਮੇਰਾ। ਆ ਜਿਹੜੇ ਕਹਿੰਦੇ ਆ ਜੀ ਪੱਗਾਂ ਵਾਲੇ ਉੱਥੇ ਨਹੀਂ ਜਾ ਸਕਦੇ, ਆ ਵੇਖ ਲਓ ਪੱਗਾਂ ਵਾਲੇ ਹੀ ਆ ਜੀ ਸਾਰੇ। ਦੇਖੋ ਜੀ ਲੰਗਰ ਲਾਏ, ਲੰਗਰ ਕੋਲਡ ਡਰਿੰਕ ਦੇ ਲੰਗਰ। ਪ੍ਰਧਾਨ ਸਾਹਿਬ ਸਾਡੇ ਚਲੋ, ਇਹ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਆ ਜੀ ਜਿਹੜੇ ਮੇਨ। ਦੇਖੋ ਜਰਾ ਕਿੱਡੀ ਸੇਵਾ, ਜਿਹੜੀ ਮਿਥ ਬਣੀ ਸੀ ਵੀ ਕੋਰੀਆ ਦੇ ਜਪਾਨ ਦੇ ਵਿੱਚ ਬੰਦਾ ਪੱਗ ਬੰਨ ਕੇ ਕੰਮ ਨਹੀਂ ਕਰ ਸਕਦਾ, ਝੂਠ ਆ ਨਾ? ਬਿਲਕੁਲ ਝੂਠ ਆ ਜੀ। ਗੁਰਸਿੱਖਾਂ ਬੰਦੇ ਸਾਰੇ ਆਪਣੇ ਵੀਰ ਹੋਣੀ, ਕੋਈ ਚੱਕਰ ਹੀ ਨਹੀਂ ਹੈਗਾ। ਵੇਖ ਲੋ ਜੀ ਜਿਹੜੇ ਕਹਿ ਦਿੰਦੇ ਆ ਜੀ ਪੱਗਾਂ ਬੰਨ ਕੇ ਨਹੀਂ ਕੰਮ ਕਰ ਸਕਦੇ, ਆ ਵੀਰ ਜੀ ਤੁਹਾਨੂੰ ਸਾਰੇ ਦੱਸਦੇ ਪਏ ਆ ਵੀ ਪੱਗਾਂ ਬੰਨ ਕੇ ਕੰਮ ਕਰਦੇ ਆ। ਅਤੇ ਨਾਲੇ ਜਦੋਂ ਮੈਂ ਤੁਹਾਨੂੰ ਦੱਸਿਆ ਜਦੋਂ ਮੈਂ ਏਅਰਪੋਰਟ ਦੇ ਉੱਤੇ ਉਤਰਿਆ ਵਾਂ, ਅਤੇ ਜਿੰਨਾ ਮੇਰਾ ਉਹਨਾਂ ਨੇ ਇੱਜ਼ਤ ਮਾਣ ਕੀਤਾ ਸ਼ਾਇਦ ਇੰਨਾ ਕਿਸੇ ਕੰਟਰੀ ਦੇ ਵਿੱਚ ਨਹੀਂ ਅੱਜ ਤੱਕ ਹੋਇਆ ਜਿੰਨੇ ਕੰਟਰੀ ਮੈਂ ਘੁੰਮਿਆ ਵਾਂ। ਪਰ ਜਦੋਂ ਇੱਥੇ ਆ ਕੇ ਵੇਖਿਆ ਸਭ ਨੇ ਪੱਗਾਂ ਬੰਨੀਆਂ ਹੋਈਆਂ, ਅਤੇ ਵੇਖ ਲਓ ਪੂਰੇ ਗੁਰਸਿੱਖ ਸਰੂਪ ਦੇ ਵਿੱਚ ਆ। ਜਿਸ ਤਰ੍ਹਾਂ ਮੈਨੂੰ ਤਾਂ ਯਕੀਨ ਹੀ ਨਹੀਂ ਹੁੰਦਾ ਵੀ ਮੈਂ ਪੰਜਾਬ ਦੇ ਵਿੱਚ ਹਾਂ ਕਿ ਸਿਓਲ ਸ਼ਹਿਰ ਦੇ ਵਿੱਚ ਹਾਂ। ਬਾਕੀ ਤੁਸੀਂ ਸਾਰੀ ਵੀਡੀਓ ਫੁਟੇਜ ਤਾਂ ਵੇਖਦੇ ਹੀ ਪਏ ਹੋ ਸਾਰੀ। ਮੇਰਾ ਨਾਮ ਗੁਰਸੇਵਕ ਸਿੰਘ, ਮੈਂ ਪਿੰਡ ਨੋਨੇ ਦਾ। ਕਿਹੜਾ ਪਿੰਡ ਭਾਜੀ ਆਪਣਾ? ਪਿੰਡ ਨੋਨੇ ਵੀਰ ਜੀ ਆਪਣਾ, ਨੋਨੇ ਪਿੰਡ। ਹਾਂਜੀ ਠੀਕ ਆ ਸਰ, ਅਸੀਂ ਅੰਮ੍ਰਿਤਸਰ ਤੋਂ ਜੀ, ਅੰਮ੍ਰਿਤਸਰ ਦੇ ਲਾਗੇ ਪਿੰਡ। ਹਾਂਜੀ ਹਾਂਜੀ ਅੰਮ੍ਰਿਤਸਰ, ਅੰਮ੍ਰਿਤਸਰ, ਅੰਮ੍ਰਿਤਸਰ। ਮੇਰਾ ਖਾਲਸਾ ਕਾਲਜ ਲਾਗੇ ਭਾਜੀ, ਪੁਦਨੀ ਘਰ, ਬਸ ਬਸ ਪਹੁੰਚ ਗਏ ਜੀ ਲਾਗੇ। ਅੰਮ੍ਰਿਤਸਰ ਹੀ ਆ ਸਾਰੇ।
ਵਾਹਿਗੁਰੂ ਜੀ ਵਾਹਿਗੁਰੂ ਜੀ ਦੱਸਕੋ ਜੀ ਵਾਹਿਗੁਰੂ ਵਾਹਿਗੁਰੂ ਇਹ ਜੰਮੂ ਯੂਥ ਅਕਾਲੀ ਦਲ ਵੱਲੋਂ ਹੈ ਜੀ ਤੁਸੀਂ ਵੇਖ ਸਕਦੇ ਹੋ ਸਾਧ ਸੰਗਤ ਜੀ ਕਿ ਇਸ ਡਿਸਿਪਲਿਨ ਦੇ ਨਾਲ ਇਹ ਸਾਰਾ ਨਗਰ ਕੀਰਤਨ ਕੱਢਿਆ ਜਾ ਰਿਹਾ ਆਹ ਵੇਖੋ ਪੂਰੀ ਲਾਈਨ ਦੇ ਅੰਦਰ ਅੰਦਰ ਸਾਰੇ ਜਿਹੜੇ ਵਲੰਟੀਅਰਸ ਆ ਉਹ ਲਾਈਨਾਂ ਦੇ ਤੋਂ ਬਾਹਰ ਨਹੀਂ ਆਉਣ ਦਿੰਦੇ ਰੱਸਾ ਵੀ ਲਾਇਆ ਅੱਗੇ ਪਰ ਬੜੇ ਡਿਸਿਪਲਿਨ ਦੇ ਵਿੱਚ ਜੇ ਕਿਤੇ ਆਪਣੇ ਪੰਜਾਬ ਹੁੰਦਾ ਤਾਂ ਹੁਣ ਸਾਰੀਆਂ ਸੜਕਾਂ ਰੋਕੀਆਂ ਹੋਣੀਆਂ ਸੀ ਅਤੇ ਟ੍ਰੈਫਿਕ ਨੂੰ ਵੀ ਪਰੇਸ਼ਾਨ ਕੀਤਾ ਹੋਣਾ ਸੀ ਇੱਥੇ ਕਿਸੇ ਬੰਦੇ ਨੂੰ ਕੋਈ ਪਰੇਸ਼ਾਨੀ ਨਹੀਂ ਆਪਣਾ ਕੰਮ ਵੀ ਕਰੀ ਜਾਂਦੇ ਪਏ ਆ ਸਾਰੇ ਆਹ ਵੇਖੋ ਆ ਬੰਦਾ ਕਹਿੰਦੇ ਆ ਵੀ ਲੈਣ ਕੌਣ ਮੰਦਰ ਹੈ ਜੀ ਇੱਥੇ ਦਾ ਮੇਰੇ ਬਿਲਕੁਲ ਪਿੱਛੇ ਸਕੌਣ ਮੰਦਰ ਹੈ ਜੀ ਇੱਥੇ ਦਾ ਕੋਰੀਆ ਦਾ ਆਹ ਵੇਖ ਸਕਦੇ ਹੋ ਤੁਸੀਂ ਬਿਲਕੁਲ ਗੁਰਦੁਆਰਾ ਸਾਹਿਬ ਦੇ ਨਾਲ ਹੀ ਮੰਦਰ ਹੈ ਹਾਂਜੀ ਅਤੇ ਇੱਥੇ ਹੁਣ ਆਪਾਂ ਪਹੁੰਚ ਗਏ ਹਾਂ ਅਤੇ ਨਗਰ ਕੀਰਤਨ ਦੀ ਸਮਾਪਤੀ ਹੋ ਗਈ ਆ ਅਤੇ ਆਸ ਕਰਦੇ ਹਾਂ ਵੀ ਤੁਸੀਂ ਇਹ ਨਗਰ ਕੀਰਤਨ ਬੜੇ ਧਿਆਨ ਨਾਲ ਵੇਖਿਆ ਹੋਊਗਾ ਅਤੇ ਬਹੁਤ ਪਸੰਦ ਕੀਤਾ ਹੋਊਗਾ ਸਾਰੇ ਵੇਖੋ ਆਪਣੇ ਪੰਜਾਬੀ ਭਰਾ ਜਿਹੜੇ ਆ ਸਾਰੇ ਬੜੇ ਵਧੀਆ ਤਰੀਕੇ ਨਾਲ ਬੈਠੇ ਆ ਅਤੇ ਬੜੇ ਵਧੀਆ ਇੱਥੇ ਕੰਮਕਾਰ ਵੀ ਕਰਦੇ ਆ ਸਾਰੇ ਅਤੇ ਤੁਹਾਨੂੰ ਪਤਾ ਵਾ ਵੀ ਜਿਹੜੇ ਲੋਕਾਂ ਨੇ ਗਲਤ ਪਰਸੈਪਸ਼ਨ ਬਣਾਈ ਸੀ ਵੀ ਜਿਹੜਾ ਸਰਦਾਰ ਬੰਦਾ ਵਾ ਕੋਰੀਆ ਦੇ ਵਿੱਚ ਜੀ ਵਾਲ ਕਟਾਉਣੇ ਪੈਂਦੇ ਆ ਕੋਈ ਇਹੋ ਜਿਹਾ ਕੰਮ ਨਹੀਂ ਹੈਗਾ ਬੜੇ ਬੜੇ ਵਧੀਆ ਵੈਲ ਸੈਟਲ ਬੰਦੇ ਆ ਅਤੇ ਇਹੋ ਜਿਹੇ ਬੰਦੇ ਆ ਜਿਹੜੇ ਕਹਿੰਦੇ ਵੀ ਅਸੀਂ ਕਦੀ ਅਮਰੀਕਾ ਦੇ ਵਿੱਚ ਸੈੱਟ ਹੁੰਦੇ ਸੀ ਜਾਂ ਕੈਨੇਡਾ ਦੀ ਪੀ ਆਰ ਸੀ ਸਾਡੇ ਕੋਲ ਅਤੇ ਉਹ ਵੀ ਇੱਥੇ ਆ ਕੇ ਕੰਮ ਕਰਦੇ ਆ ਕਹਿੰਦੇ ਇਸ ਤੋਂ ਵਧੀਆ ਕੰਟਰੀ ਕੋਈ ਨਹੀਂ ਹੈਗਾ ਅਤੇ ਜਿਹੜੇ ਬੰਦੇ ਵੀ ਆਉਣਾ ਚਾਹੁੰਦੇ ਆ ਇੱਥੇ ਤਾਂ ਉਹ ਤੁਸੀਂ ਆਪਣਾ ਇਮੀਗ੍ਰੇਸ਼ਨ ਪੱਕੇ ਤੌਰ ਦੇ ਉੱਤੇ ਆਓ ਇੱਥੇ ਅਤੇ ਇਹ ਜਿਹੜਾ ਵਲੌਗ ਆਪਾਂ ਇੱਥੇ ਹੀ ਐਂਡ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ